ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਚਰਚਾ ਦੇ ਵਿੱਚ ਤੁਹਾਡਾ ਸਵਾਗਤ ਹੈ। ਚਰਚਾ ਦੇ ਵਿੱਚ ਅੱਜ ਸਾਡਾ ਮੁੱਦਾ ਪੰਜਾਬ ਦੀ ਖੇਤੀ ਨੀਤੀ, ਜਿਹੜੀ ਖੇਤੀ ਨੀਤੀ ਦਾ ਇੱਕ ਨਵਾਂ ਡਰਾਫਟ ਤਿਆਰ ਕੀਤਾ ਹੈ। ਅਜੇ ਵੀ ਜਾਖੜ ਦੀ ਚੇਅਰਮੈਨਸ਼ਿਪ ਦੇ ਵਿੱਚ ਇੱਕ ਕਮਿਸ਼ਨ, ਜਿਹੜਾ ਕਿਸਾਨ ਕਮਿਸ਼ਨ ਸੀ, ਅਤੇ ਜਿਸ ਵਿੱਚ ਉਸਨੇ ਲਗਭਗ ਹਰ ਮੁੱਦੇ 'ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਕਿਵੇਂ ਹੋਏ ਕਰਜ਼ ਕਿਸਾਨ ਪਰਿਵਾਰ ਦਾ ਗੁਜ਼ਾਰਾ, ਇਹ ਉਹਨੇ ਸਲੋਗਨ ਦਿੱਤਾ। ਕਿਸਾਨ ਜਿਹੜਾ ਸਾਡਾ ਖੁਦਕੁਸ਼ੀਆਂ 'ਤੇ ਰਾਹ ਪਿਆ, ਉਸ ਨੂੰ ਹੀ ਉਸਦੀ ਹਾਲਤ ਸੁਧਾਰਨ ਦੀ ਗੱਲ ਜਿਹੜੀ ਹੈ ਇਸ ਖੇਤੀ ਨੀਤੀ ਦੇ ਵਿੱਚ ਕੀਤੀ ਗਈ ਹੈ। ਇਸ ਖੇਤੀ ਨੀਤੀ ਦੇ ਕਈ ਪੱਖ ਨੇ ਜਿਨ੍ਹਾਂ ਦੇ ਵਿੱਚ ਕਈ ਸਿਫਾਰਿਸ਼ਾਂ ਕੀਤੀਆਂ ਨੇ, ਜਿਵੇਂ ਇੱਕ ਵੱਡੀ ਸਿਫਾਰਿਸ਼ ਕੀਤੀ ਹੈ ਕਿ ਜਿਹੜੇ ਕਿਸਾਨ ਆਮਦਨ ਟੈਕਸ ਦਿੰਦੇ ਨੇ ਉਹਨਾਂ ਦੀ ਜਿਹੜੀ ਹੈ ਸਬਸਿਡੀ, ਬਿਜਲੀ ਸਬਸਿਡੀ ਬੰਦ ਕਰ ਦਿੱਤੀ ਜਾਵੇ। ਇਸੇ ਤਰ੍ਹਾਂ ਕਿਸਾਨ ਬੀਮੇ ਦੀ ਗੱਲ ਕੀਤੀ ਹੈ, ਸਿੰਚਾਈ ਦੇ ਜਿਹੜੇ ਸਾਧਨ ਨੇ ਉਹਨਾਂ ਦੀ ਸਹੀ ਵਰਤੋਂ ਦੀ ਗੱਲ ਕੀਤੀ ਗਈ ਹੈ। ਕਰੋਪ ਜਿਹੜਾ ਪੈਟਰਨ ਹੈ ਉਸ ਨੂੰ ਬਦਲਣ ਦੀ ਗੱਲ ਵੀ ਇਸ ਕਿਸਾਨ ਨੀਤੀ ਦੇ ਵਿੱਚ ਕੀਤੀ ਹੈ। ਜਿਹੜਾ ਫਸਲੀ ਬੀਮੇ ਦੇ ਮਾਮਲੇ ਦੇ ਨਾਲ ਨਾਲ ਇਹ ਵੀ ਕਿਹਾ ਕਿ ਜਦੋਂ ਕੋਈ ਆਫਤ ਆਉਂਦੀ ਹੈ ਉਦੋਂ ਕਿਵੇਂ ਫੰਡ ਜੁਟਾਏ ਜਾਣ, ਇਹ ਵੀ ਗੱਲ ਇਸ ਨੀਤੀ ਦੇ ਵਿੱਚ ਕੀਤੀ ਗਈ ਹੈ। ਸਮਾਜਿਕ ਜਿਹੜੇ ਇਸ਼ੂ ਨੇ ਉਹ ਵੀ ਛੇੜੇ ਗਏ ਨੇ। ਕਿਸਾਨ ਜਿਹੜੀ ਮਿਸਮੈਨੇਜਮੈਂਟ ਕਾਰਨ, ਪ੍ਰਬੰਧ ਉਹਦਾ ਠੀਕ ਨਾ ਹੋਣ ਕਾਰਨ, ਖਰਚੇ ਜ਼ਿਆਦਾ ਕਾਰਨ ਹੋਣ ਕਾਰਨ ਜਿਹੜਾ ਕਿਸਾਨ ਉਹ ਕੁਛ ਗਲਤੀਆਂ ਕਰਦਾ, ਇਸ ਤਰ੍ਹਾਂ ਦੇ ਸਾਰੇ ਮੁੱਦੇ ਨੇ। ਇਹ ਤਾਂ ਵਿਚਾਰ ਕਰ ਲਈਏ ਜੇ ਅਸੀਂ ਆਪਣੇ ਕਿ 30 ਜੂਨ ਤੱਕ ਇਹਦੇ ਸੁਜੈਸ਼ਨ ਦੇਣੇ ਨੇ। ਇਹ ਤਾਂ ਵਿਚਾਰ ਅਸੀਂ ਵੀ ਅੱਜ ਕਰ ਰਹੇ ਹਾਂ, ਔਰ ਸਾਡੇ ਰਾਹੀਂ ਸੁਜੈਸ਼ਨ ਜਿਹੜੇ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਕੋਲ ਜਾਣ, ਤਾਂ ਕਿ ਇਸ ਨੂੰ ਫਾਈਨਲ ਕਰਨ ਵੇਲੇ ਜਿਹੜਾ ਹੈ ਕੁਛ ਚੰਗੇ ਸੁਝਾਅ ਅਸੀਂ ਦੇ ਸਕੀਏ। ਇਹ ਸੁਝਾਅ ਦੇਣ ਲਈ, ਇਹਦੇ ਚਰਚਾ ਕਰਨ ਲਈ ਅੱਜ ਸਾਡੇ ਸਟੂਡੀਓ ਦੇ ਵਿੱਚ ਮਾਹਰ ਵਿਦਵਾਨ ਆਏ ਨੇ। ਡਾਕਟਰ ਦਰਸ਼ਨਪਾਲ ਸਾਡੇ ਨਾਲ ਨੇ। ਡਾਕਟਰ ਦਰਸ਼ਨਪਾਲ ਡਕੌਂਦਾ ਭਾਰਤੀ ਕਿਸਾਨ ਯੂਨੀਅਨ ਦਾ ਜਿਹੜਾ ਗਰੁੱਪ ਹੈ ਉਹਦੇ ਔਰਗੇਨਾਈਜ਼ਿੰਗ ਸੈਕਟਰੀ ਨੇ, ਅਤੇ ਨਾਲ ਖੇਤੀ ਮਾਹਰ ਅਮਰਜੀਤ ਗਰੇਵਾਲ ਸਾਡੇ ਨਾਲ ਨੇ, ਅਤੇ ਸਤਨਾਮ ਸਿੰਘ ਸੰਧੂ ਜਿਹੜੇ ਖੁਦ ਕਾਸ਼ਤਕਾਰ ਨੇ, ਪ੍ਰੋਫੈਸਰ ਨੇ, ਖੇਤੀ ਮਾਹਰ ਨੇ। ਤੁਹਾਡਾ ਸਭ ਦਾ ਸਵਾਗਤ ਹੈ ਜੀ ਇਸ ਪ੍ਰੋਗਰਾਮ ਦੇ ਵਿੱਚ। ਤੁਸੀਂ ਵੀ ਇਸ ਪ੍ਰੋਗਰਾਮ 'ਚ ਪਿਆਰੇ ਦਰਸ਼ਕੋ ਸਾਡੇ ਨਾਲ ਸ਼ਾਮਿਲ ਹੋ ਸਕਦੇ ਹੋ। 01755061949 ਸਾਡਾ ਨੰਬਰ ਹੈ, 01775065969। ਜੇ ਤੁਸੀਂ ਸਾਡੇ ਨਾਲ ਕੋਈ ਵੀ ਸਵਾਲ ਕਰਨਾ ਤਾਂ ਤੁਸੀਂ ਇਸ ਨੰਬਰ ਰਾਹੀਂ ਸਾਡੇ ਨਾਲ ਜੁੜ ਸਕਦੇ ਹੋ। ਡਾਕਟਰ ਦਰਸ਼ਨਪਾਲ, ਤੁਹਾਡੇ ਤੋਂ ਇਹ ਗੱਲ ਸ਼ੁਰੂ ਕਰਦੇ ਹਾਂ, ਕਿਸਾਨ ਨੀਤੀ ਦਾ ਖਰੜਾ ਜਿਹੜਾ ਆ ਗਿਆ, ਔਰ ਬਹੁਤ ਦਾਅਵਾ ਕਰ ਰਹੀ ਹੈ ਸਰਕਾਰ, ਕੈਪਟਨ ਸਰਕਾਰ, ਕਿ ਇਸ ਨਾਲ ਅਸੀਂ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰ ਲਾਂਗੇ, ਕਿਵੇਂ ਲੱਗਦਾ ਤੁਹਾਨੂੰ ਇਹ ਖਰੜਾ? ਦੇਖੋ ਜੀ, ਜਦੋਂ ਪੰਜਾਬ ਦੇ ਫਾਰਮਰ ਕਮਿਸ਼ਨ ਨੇ, ਕਿਸਾਨ ਕਮਿਸ਼ਨ ਨੇ ਨੀਤੀ ਬਣਾਈ ਹੈ ਜੀ, ਸਾਡੀਆਂ ਜਥੇਬੰਦੀਆਂ ਨਾਲ ਇਹਨਾਂ ਨੇ ਮੀਟਿੰਗ ਕੀਤੀ ਸੀ। ਅਸੀਂ ਆਪਣੀ ਯੂਨੀਅਨ ਦੇ ਵੱਲੋਂ ਬਕਾਇਦਾ ਜਿੱਡੀ ਇਹ ਨੀਤੀ ਇਹਨਾਂ ਨੇ ਦਿੱਤੀ ਹੈ, ਇਹ ਤੋਂ ਵੱਡੀ ਇੱਕ ਅਲਟਰਨੇਟਿਵ ਖਰੜਾ ਦੇ ਕੇ ਆਏ ਸੀਗੇ, ਪਾਲਿਸੀ ਇੱਦਾਂ ਬਣਨੀ ਚਾਹੀਦੀ ਹੈ। ਅੱਛਾ, ਕੀ ਫਰਕ ਦੋਨਾਂ ਦਾ, ਕੀ ਫਰਕ ਸੀ? ਦੇਖੋ, ਸਾਡੇ ਮੁਤਾਬਕ ਕਿਸਾਨ ਦੀ ਜਿਹੜੀ ਹੈ, ਕਹਿੰਦੇ ਪਰਿਵਾਰ ਦੀ ਆਮਦਨ ਹੈ ਜਿਹੜੀ, ਕਿਵੇਂ ਇਸ ਤਰ੍ਹਾਂ ਹੋਵੇ ਕਿ ਉਹਦਾ ਗੁਜ਼ਾਰਾ ਵਧੀਆ ਚੱਲ ਸਕੇ। ਇਹ ਕਿਸਾਨ ਦੇ ਪਰਿਵਾਰ ਦਾ ਗੁਜ਼ਾਰਾ ਉਦੋਂ ਤੱਕ ਵਧੀਆ ਨਹੀਂ ਚੱਲ ਸਕਦਾ ਜਦੋਂ ਤੱਕ ਉਹ, ਇੱਕ ਕਿਸਾਨ ਦੇ ਕੋਲ ਲੈਂਡ ਹੋਲਡਿੰਗ ਵੀ ਸਫੀਸ਼ੀਐਂਟ ਨਹੀਂ ਹੈ, ਨੰਬਰ 1, ਲੈਂਡ ਦੇ ਉੱਤੇ ਜੋ ਪ੍ਰੋਡਿਊਸ ਕਰਦਾ ਉਸ ਨੂੰ ਰੇਟ ਠੀਕ ਨਹੀਂ ਮਿਲਦਾ, ਨੰਬਰ 2, ਨੰਬਰ 3, ਜਿਹੜੀ ਕੈਪੀਟਲ ਇੰਟੈਂਸਿਵ ਖੇਤੀ ਹੈ, ਸਰਪੂੰਜੀ ਇੰਟੈਂਸਿਵ ਖੇਤੀ ਹੈ ਜਿਹੜੀ, ਇਸ ਖੇਤੀ ਦੇ ਵਿੱਚ ਜ਼ਰੂਰੀ ਹੈ ਕਿ ਕਿਸਾਨ ਨੂੰ ਇਸ ਜਿਹੜਾ ਚੱਕਰ ਹੈ ਜਿਹਦੇ ਵਿੱਚ ਉਸ ਨੂੰ ਆੜ੍ਹਤੀਏ ਕੋਲ, ਬੈਂਕਾਂ ਕੋਲ, ਕੋਆਪਰੇਟਿਵ ਅਦਾਰਿਆਂ ਦੇ ਕੋਲ ਜਾ ਕੇ ਆਪਣਾ ਆਪ ਵੇਚਣਾ ਪੈਂਦਾ ਆਪਣੀ ਮਿਹਨਤ ਨੂੰ, ਅਤੇ ਉਹਨੂੰ ਕਈ ਮਤਲਬ ਕਿ ਵੱਡੇ ਪੱਧਰ 'ਤੇ ਉਹਦੀ ਜਿਹੜੀ ਮਿਹਨਤ ਹੈ ਜਿਹੜੀ ਪੂੰਜੀ ਦੇ ਰੂਪ ਦੇ ਵਿੱਚ ਬੈਂਕਾਂ ਕੋਲ, ਆੜ੍ਹਤੀਆਂ ਦੇ ਕੋਲ ਵਿਆਜ ਦੇ ਰੂਪ ਚਲੀ ਜਾਂਦੀ ਹੈ। ਇਹ ਮੁੱਦਿਆਂ ਨੂੰ ਜਦ ਤੱਕ ਬੇਸਿਕ ਮੁੱਦਿਆਂ ਨੂੰ ਸੰਬੋਧਿਤ ਨਹੀਂ ਹੋਇਆ ਜਾਂਦਾ, ਅਡਰੈਸ ਕੀਤਾ ਹੈ ਇਸ ਨੀਤੀ ਦੇ 'ਚ, ਮੁੱਦੇ ਦਾ ਅਡਰੈਸ ਕੀਤੇ ਨੇ ਵੀ ਕਿਵੇਂ ਕਰੋਪ ਜਿਹੜਾ ਰੋਟੇਸ਼ਨ ਚੇਂਜ ਕਰਨੀ ਹੈ? ਨਹੀਂ, ਕਰੋਪ ਰੋਟੇਸ਼ਨ, ਮੈਂ ਜਿਹੜੇ 3 ਮੁੱਦੇ, ਲੈਂਡ ਹੋਲਡਿੰਗ, ਨੰਬਰ 2, ਕਰੋਪ ਦਾ MSP, ਨੰਬਰ 3, ਉਹਦਾ ਜਿਹੜਾ ਕੈਪੀਟਲ ਇੰਟੈਂਸਿਵ ਹੋਣ ਕਰਕੇ, ਜੋ ਉਹਨੂੰ ਕੈਪੀਟਲ, ਅੱਜ ਜਿਵੇਂ ਮੈਂ ਖੇਤੀ ਕਰਦਾ, ਮੈਂ ਕਣਕ ਸਾਰੀ ਵੇਚਤੀ, ਸਾਰੇ ਪੈਸੇ ਆੜ੍ਹਤੀ ਤੋਂ ਲੈ ਆਇਆ ਜੀ, ਜਾਂ ਏਜੰਸੀ ਤੋਂ ਲੈ ਲਏ, ਹੁਣ ਝੋਨਾ ਲਾਉਣ ਲਈ ਮੈਨੂੰ ਫਿਰ ਸ਼ੁਰੂ ਤੋਂ ਪੂੰਜੀ ਚਾਹੀਦੀ। ਡਾਕਟਰ ਸਾਹਿਬ, ਮੈਂ ਸਮਝ ਗਿਆ ਤੁਹਾਡੀ ਗੱਲ, ਇੱਕ ਫੋਨ ਕਾਲ ਲੈ ਕੇ ਫਿਰ ਅਸੀਂ ਅਮਰਜੀਤ ਗਰੇਵਾਲ ਗੁਰਾਂ ਕੋਲ ਜਾਵਾਂਗੇ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਸਾਹਿਬ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਰ, ਇੱਕ ਮੇਰੇ ਰਹੇ ਆ ਜੀ, ਵੀ ਦੇਖੋ ਜ਼ਿਮੀਦਾਰ ਵੀ ਠੀਕ ਆ, ਕਿਸਾਨ ਉੱਚੀ ਬੋਲੋ ਜਰਾ, ਆਤਮ ਹੱਤਿਆ ਤਾਂ ਕਰ ਰਹੇ ਆ ਜੀ, ਥੋੜਾ ਜਿਹਾ ਆਪਣੇ ਵੱਲ ਵੀ ਥੋੜਾ ਜਿਹਾ ਸੋਚਣਾ ਚਾਹੀਦਾ ਇਹਨਾਂ ਨੂੰ, ਜਦੋਂ ਆਪਾਂ ਇੱਕ ਦੂਜੇ ਦੀ ਰੀਸ ਦੇ ਵਿੱਚ ਪੈ ਜਾਂਦੇ ਆ, ਵੀ 4 ਕਿੱਲੇ ਵਾਲਾ ਵੀ ਕਹਿੰਦਾ ਮੈਂ ਇੰਨਾ ਕੁਛ ਬਣਾ ਲਾ, ਆਹ ਇੰਨਾ ਮਹਿੰਗਾ ਟਰੈਕਟਰ ਲੈ ਲਾ, ਫਿਰ ਆਪਦੀ ਆਪ ਵੀ ਥੋੜਾ ਜਿਹਾ ਗੜਬੜ ਕਰ ਜਾਂਦੇ ਇਹ ਜੀ। ਬਿਲਕੁਲ ਠੀਕ ਹੈ ਇਹ ਜਿਹੜੀ, ਇੱਕ ਮਿੰਟ ਮੇਰੀ ਸਰ, ਇੱਕ ਗੱਲ ਹੋਰ ਸੁਣੋ ਜੀ, ਇੱਕ ਮੇਰੇ ਜੀਜੇ ਜੀ, ਉਹਨਾਂ ਕੋਲ 13 ਕਿੱਲੇ ਜ਼ਮੀਨ ਦੇ, ਉਹਨਾਂ ਕੋਲ ਕੋਈ ਸੰਦ ਨਹੀਂ ਹੈਗਾ ਜੀ, ਉਹ ਸਾਰੇ ਦਿਹਾੜੀ ਦੇ ਲੈ ਕੇ ਬਣਾਉਂਦੇ, ਫਿਰ ਵੀ ਪਿੰਡ ਨਾਲੋਂ ਵੱਧ ਫਸਲ ਕੱਢਦੇ ਆ ਜੀ। ਮੈਂ ਸਮਝ ਗਿਆ ਤੁਹਾਡੀ ਗੱਲ, ਗਰੇਵਾਲ ਸਾਹਿਬ, ਇਹਨਾਂ ਨੂੰ ਥੋੜਾ ਜਿਹਾ ਮਤਲਬ
ਇਸ ਸਵਾਲ ਜੋ ਦਰਸ਼ਕ ਦਾ ਹੈ ਇਹਦੇ ਹਵਾਲੇ ਨਾਲ ਤੁਸੀਂ ਇਹ ਖੇਤੀ ਨੀਤੀ ਬਾਰੇ ਕੀ ਕਹੋਗੇ? ਦੇਖੋ, ਖੇਤੀ ਨੀਤੀ ਬਾਰੇ ਜਿਵੇਂ ਡਾਕਟਰ ਸਾਹਿਬ ਨੇ ਗੱਲ ਕੀਤੀ ਹੈ ਜੀ, ਕਿ ਤਿੰਨ ਮੇਨ ਇਸ਼ੂਜ਼ ਨੇ ਜੀ। ਨੰਬਰ ਇੱਕ, ਕਿ ਆਪਟੀਮਮ ਸਾਈਜ਼ ਕੀ ਹੋਣਾ ਚਾਹੀਦਾ ਲੈਂਡ ਹੋਲਡਿੰਗ ਦਾ, ਜਿਹਦੇ ਨਾਲ ਮੈਕਸੀਮਮ ਪ੍ਰੋਡਕਟਿਵਿਟੀ ਲਈ ਜਾ ਸਕੇ। ਦੂਸਰਾ ਇਹ ਆ ਕਿ ਉਹਦਾ ਜਿਹੜੀ ਪ੍ਰੋਡਕਸ਼ਨ ਹੁੰਦੀ ਆ ਉਹਦਾ ਸਹੀ ਵਾਜਬ ਮੁੱਲ ਕਿਵੇਂ ਮਿਲ ਸਕਦਾ। ਥਰਡ, ਇਹ ਜਿਹੜੀ ਕੈਪੀਟਲ ਇੰਟੈਂਸਿਵ ਐਗਰੀਕਲਚਰ ਆ, ਇਹ ਫਾਰਮਰ ਨੂੰ ਕਿਸ ਢੰਗ ਨਾਲ ਆਪਣੇ ਉਹਦੇ ਵਿੱਚ ਫਸਾ ਲੈਂਦੀ ਆ ਅਤੇ ਉਹਦੇ ਲਈ ਪ੍ਰੋਬਲਮਸ ਕ੍ਰੀਏਟ ਕਰਦੀ ਆ, ਇਹ ਤਿੰਨ ਮੁੱਦੇ ਨੇ। ਪਰ ਮੈਂ ਸਮਝਦਾ ਕਿ ਜਿਹੜਾ ਮੇਨ ਮੁੱਦਾ, ਇਹ ਤਿੰਨੋਂ ਹੀ ਮੁੱਦੇ ਜਿਸ ਚੀਜ਼ ਨਾਲ ਹੱਲ ਹੋ ਸਕਦੇ ਨੇ, ਉਹ ਇਹ ਆ ਕਿ ਲੈਂਡ ਦੇ ਉੱਤੇ ਡੈਮੋਗ੍ਰਾਫਿਕ ਪ੍ਰੈਸ਼ਰ ਕਿਵੇਂ ਘਟਾਇਆ ਜਾ ਸਕਦਾ। ਜੇ ਲੈਂਡ ਦੇ ਉੱਤੇ ਡੈਮੋਗ੍ਰਾਫਿਕ ਪ੍ਰੈਸ਼ਰ ਘਟੇਗਾ ਤਾਂ ਲੈਂਡ ਹੋਲਡਿੰਗ ਸਾਈਜ਼ ਵੀ ਇਨਕਰੀਜ਼ ਕਰੇਗਾ ਔਰ ਫਾਰਮਰ ਨੂੰ ਵੱਧ ਆਮਦਨ ਵੀ ਮਿਲ ਸਕੇਗੀ। ਕਿਉਂਕਿ ਪਰ ਉਹ ਬਹੁਤ ਵੱਡੀ ਇਸ਼ੂ ਆ ਇਸ ਵੇਲੇ ਐਗਰੀਕਲਚਰ ਦਾ, ਉਹ ਐਗਰੀਕਲਚਰ ਦੇ ਵਿਦਨ ਨਹੀਂ, ਐਗਰੀਕਲਚਰ ਤੋਂ ਬਾਹਰ ਪਿਆ ਕਿ ਨੋਨ ਐਗਰੀਕਲਚਰ ਸੈਕਟਰ ਦੇ ਵਿੱਚ ਜਾਂ ਮਾਡਰਨ ਸੈਕਟਰ ਦੇ ਵਿੱਚ ਮੈਕਸੀਮਮ ਇੰਪਲੋਇਮੈਂਟ ਕਿਵੇਂ ਜਨਰੇਟ ਕਰਨੀ। ਜੀ ਡਾਕਟਰ ਸਾਹਿਬ, ਤੁਸੀਂ ਜਿਹੜਾ ਤੁਹਾਡਾ ਨੁਕਤਾ ਬਹੁਤ ਅਹਿਮ ਹੈ। ਵੈਸੇ ਬੜਾ ਮੁਸ਼ਕਲ ਹੈ ਕਿ ਲੈਂਡ ਹੋਲਡਿੰਗ ਨੂੰ ਕਿਵੇਂ ਜਿਹੜਾ ਹੈ ਉਸ ਤਰ੍ਹਾਂ ਦੇ ਸਾਈਜ਼ ਦੇ ਬਣਾਵੇ ਜਿਹੜਾ ਇੱਕ ਬੰਦਾ, ਇੱਕ ਕਿਸਾਨ ਗੁਜ਼ਾਰਾ ਕਰ ਸਕੇ। ਅਸੀਂ ਇਹ 'ਤੇ ਚਰਚਾ ਹੋਰ ਵੀ ਕਰਾਂਗੇ, ਲੇਕਿਨ ਹੁਣ ਲਵਾਂਗੇ ਇੱਕ ਛੋਟਾ ਜਿਹਾ ਬ੍ਰੇਕ। ਡਾਕਟਰ ਸੰਧੂ, ਜਦੋਂ ਗਰੇਵਾਲ ਸਾਹਿਬ ਦੱਸ ਰਹੇ ਸੀ ਨਾ, ਉਸ ਤੋਂ ਪਹਿਲਾਂ ਇੱਕ ਕਾਲਰ ਨੇ ਜਿਹੜਾ ਫੋਨ ਕੀਤਾ ਸੀ ਕਿ ਅਸੀਂ ਖਰਚਾ ਬਹੁਤ ਕਰ ਦਿੰਦੇ ਹਾਂ। ਮਤਲਬ ਜੇ ਟਰੈਕਟਰ ਸਾਡੇ ਕੋਲ ਕਿੰਨੇ ਟਰੈਕਟਰ ਨੇ ਜਿੰਨੇ ਚਾਹੀਦੇ ਨੇ, ਉਹ ਤੋਂ ਕਈ ਗੁਣਾ ਜ਼ਿਆਦਾ ਟਰੈਕਟਰ ਨੇ। ਉਹ ਕਹਿੰਦਾ ਸੰਦ ਅਸੀਂ ਕਿਰਾਏ 'ਤੇ ਲੈ ਕੇ ਬਾਹਰ ਆਏ ਨੇ, ਉਹਨਾਂ ਦਾ ਕੋਈ ਰਿਸ਼ਤੇਦਾਰ ਔਰ ਉਹ ਵਧੀਆ ਖੇਤੀ ਕਰ ਰਿਹਾ। ਇਸ ਮਾਮਲੇ 'ਚ ਤੁਹਾਡੇ ਨਾਲ ਗੱਲ ਕਰਨੀ ਹੈ, ਲੇਕਿਨ ਇੱਕ ਕਾਲਰ ਨੂੰ ਹੋਰ ਲੈ ਲਈਏ, ਫਿਰ ਇਕੱਠਿਆਂ ਦਾ ਜਵਾਬ ਦੇਵਾਂਗੇ। ਹੈਲੋ। ਹੈਲੋ ਜੀ। ਹਾਂਜੀ। ਹਾਂ, ਜਿਹੜੇ ਉੱਤੇ ਚਰਚਾ ਕਰ ਰਹੇ ਹੋ ਜੀ, ਉਹਦੇ ਉੱਤੇ ਇੱਕ ਤਾਂ ਪਹਿਲਾਂ ਹੀ ਉਹਨਾਂ ਨੇ ਦੱਸ ਹੀ ਦਿੱਤਾ ਵੀ ਜਿਹੜੇ ਸਾਨੂੰ ਟਰੈਕਟਰ ਛੋਟੇ ਦੀ ਲੋੜ ਹੁੰਦੀ ਹੈ, ਵੱਡੇ ਵੱਡੇ ਟਰੈਕਟਰ ਲੈ ਲੈਂਦੇ ਆ ਜੀ ਲੋਨ ਲੈ ਕੇ ਜੀ। ਦੂਸਰਾ, ਜੇ ਸਾਨੂੰ ਘਰ ਦੇ ਵਿੱਚ ਗੱਡੀ ਛੋਟੀ ਦੀ ਲੋੜ ਆ ਤੇ ਅਸੀਂ ਉਹਦੇ ਉੱਤੇ ਵੀ ਲੋਨ ਲੈ ਲੈਂਦੇ ਆ ਜੀ। ਮੁਬਾਰਕ ਚੀਜ਼ ਹੈ ਕਿ ਨੀਤੀ ਬਣਨ ਲੱਗੀ ਜੀ। ਇਹਦੇ ਚ ਕਮੀਆਂ ਖਾਮੀਆਂ ਹੋ ਸਕਦੀਆਂ ਜਿਹਨਾਂ ਨੂੰ ਕਿਸਾਨ, ਸਰਕਾਰ ਤੇ ਜਿਹੜੇ ਇੰਟਲੈਕਚੁਅਲ ਖੇਤੀ ਨਾਲ ਜੁੜੇ ਹੋਏ ਆ ਉਹ ਬੈਠ ਕੇ ਇਹ 'ਚ ਸੋਧ ਕਰ ਸਕਦੇ ਆ। ਜਿਹੜੇ ਇਹ ਸਵਾਲ ਵੀ ਆ ਰਹੇ ਆ ਕਾਲਰਸ ਦੇ, ਬੁਨਿਆਦੀ ਤੌਰ 'ਤੇ ਇਹ ਵੀ ਨੀਤੀ ਨਾਲ ਸੰਬੰਧਿਤ ਹੀ ਹੈ ਕਿ ਇੱਕ ਪਰਿਵਾਰ ਜਿਹਦੇ ਕੋਲ 5 ਏਕੜ ਜ਼ਮੀਨ ਹੈ ਉਹਦੀ ਨੀਤੀ ਕੀ ਹੋਵੇ, ਉਹਦੇ ਕੋਲ ਸੰਦ ਕਿੰਨੇ ਹੋਣ, ਕਿਸ ਫਸਲ ਵੱਲ ਜਾਵੇ। ਮੈਨੂੰ ਇਹ ਲੱਗਦਾ ਕਿ ਜਿਹੜੀ ਇਕੱਲੀ ਖੇਤੀ ਨੀਤੀ ਹੈ ਇਹਦੀ ਬਜਾਏ ਨਾਲ ਨਾਲ ਇਹਦੇ ਨਾਲ ਮਾਰਕੀਟਿੰਗ ਦੀ ਨੀਤੀ ਵੀ ਹੋਣੀ ਚਾਹੀਦੀ ਹੈ। ਜਿੱਥੋਂ ਤੱਕ ਇਸ ਨੀਤੀ ਨੂੰ ਜਦੋਂ ਅਸੀਂ ਧਿਆਨ ਨਾਲ ਪੜ੍ਹਦੇ ਹਾਂ, ਬਹੁਤ ਸਾਰੀਆਂ ਚੀਜ਼ਾਂ ਇਹਦੇ ਵਿੱਚੋਂ ਹਲੇ ਵੀ ਗੈਰ ਹਾਜ਼ਰ ਹੈ। ਮਾਰਕੀਟਿੰਗ ਹੈ ਕਿਹੜੀ ਗਾਇਬ ਹੈ? ਫਾਰ ਐਗਜ਼ਾਮਪਲ ਵਾਲੀ ਅਸਲ ਵਿੱਚ ਬੁਨਿਆਦੀ ਗੱਲ ਇਹ ਹੈ ਕਿ ਸਾਡੇ ਕੋਲ ਜਦੋਂ ਇਸ ਨੀਤੀ ਦਾ ਖਰੜਾ ਆਇਆ, ਉਸ ਖਰੜੇ ਦੇ ਵਿੱਚ ਇਸ ਤਰੀਕੇ ਦੀ ਮਤਲਬ ਸਾਨੂੰ ਇਹਦੇ ਵਿੱਚੋਂ ਭਾਵਨਾ ਮਿਲ ਰਹੀ ਹੈ ਕਿ ਸ਼ਾਇਦ ਕਿਸਾਨ ਜਿਹੜਾ ਹੈ ਉਹ ਸਮਝ ਨਹੀਂ ਪਾ ਰਿਹਾ ਕਿ ਮੈਂ ਖੇਤੀ ਕਿਵੇਂ ਕਰਨੀ ਹੈ, ਇਸ ਕਰਕੇ ਉਹ ਕਰਜ਼ੇ 'ਚ ਦਬਿਆ ਜਾਂਦਾ। ਦੂਜੇ ਨੰਬਰ 'ਤੇ ਜਿਹੜੇ ਸਵਾਲ ਵੀ ਆ ਰਹੇ ਹੈ ਉਹਦੇ 'ਚ ਵੀ ਇਹੀ ਇਸ ਕਿਸਮ ਦੇ ਆ ਰਹੇ ਆ। ਹਾਲਾਂਕਿ ਜਿਹੜੀਆਂ ਕੁਛ ਬੁਨਿਆਦੀ ਚੀਜ਼ਾਂ ਜਿਹਨਾਂ ਨੂੰ ਸਮਝਣ ਦੀ ਲੋੜ ਹੈ ਕਿ ਕਿਸਾਨ ਦੀ ਜਿਣਸ ਨੂੰ ਪ੍ਰਾਈਸ ਇੰਡੈਕਸ ਦੇ ਨਾਲ ਨਹੀਂ ਜੋੜਿਆ, ਕਿਸਾਨ ਨੂੰ ਪ੍ਰੋਪਰ ਮਾਰਕੀਟ ਨਹੀਂ ਮਿਲ ਰਹੀ, ਕਿਸਾਨ ਦਾ ਪ੍ਰੋਡਕਟ ਹੈ ਜਿਹੜਾ ਡਾਇਰੈਕਟ ਜਿਹਨੂੰ ਅਸੀਂ ਕੈਸ਼ ਕ੍ਰੋਪ ਕਹਿੰਦੇ ਹਾਂ ਉਸ ਤਰੀਕੇ ਨਾਲ ਮਾਰਕੀਟ ਦੇ ਵਿੱਚ ਜਾ ਕੇ ਵਿਕ ਨਹੀਂ ਰਿਹਾ। ਇਹ ਜਿਹੜੇ ਕੁਛ ਬੁਨਿਆਦੀ ਮੁੱਦੇ ਆ ਜਿੰਨਾ ਚਿਰ ਇਹਨਾਂ ਨੂੰ ਡਾਇਰੈਕਟਲੀ ਐਡਰੈਸ ਨਹੀਂ ਕਰਦੇ, ਔਰ ਹਰ ਕਿਸਾਨ ਨੂੰ ਪਤਾ ਨਹੀਂ ਹੁੰਦਾ ਕਿ ਮੇਰੇ ਪਰਿਵਾਰ ਦੀ, ਮੇਰੇ ਏਰੀਏ ਦੀ, ਮੇਰੇ ਖੇਤ ਦੀ ਨੀਤੀ ਕੀ ਹੋਵੇ, ਉਹਨਾਂ ਚਿਰ ਤੱਕ ਸਾਡੇ ਕੋਲ ਇਸ ਕਿਸਮ ਦੇ ਸਵਾਲ ਜਿਹੜੇ ਹੈਗੇ ਉਹ ਬਣੇ ਰਹਿਣਗੇ, ਖੜੇ ਰਹਿਣਗੇ। ਤੁਸੀਂ ਇਹ ਸਮਝਦੇ ਹੋ ਜਿਵੇਂ ਕਿਸਾਨ ਨੀਤੀ ਆ ਉਵੇਂ ਇੱਕ ਕਿਸਾਨ ਪਰਿਵਾਰ ਦੀ ਨੀਤੀ ਹੋਣੀ ਚਾਹੀਦੀ ਹੈ? ਇਹ ਤੇ ਆਪਾਂ ਚਰਚਾ ਕਰਾਂਗੇ, ਇਹ ਤੇ ਮੈਂ ਗਰੇਵਾਲ ਸਾਹਿਬ ਤੋਂ ਵੀ ਇਹ ਸਵਾਲ ਕਰੂੰਗਾ। ਇੱਕ ਕਾਲਰ ਨੂੰ ਲੈ ਲਈਏ। ਹੈਲੋ। ਹੈਲੋ। ਹਾਂਜੀ ਗਰੇਵਾਲ ਸਾਹਿਬ, ਕਾਲਰ ਜਿਹੜਾ ਹੁਣ ਸਾਡਾ। ਹਾਂਜੀ ਹਾਂਜੀ, ਸਿਚੁਏਸ਼ਨ ਇਹ ਆ ਕਿ ਅਸੀਂ ਇਹ ਇੱਕ ਐਸਕੇਪਿਜ਼ਮ ਆ ਜਿਹਦੀ ਅਸੀਂ ਗੱਲ ਕਰ ਰਹੇ ਹਾਂ ਜੀ, ਕਿ ਕਿਸਾਨ ਵੱਧ ਖਰਚਾ ਕਰ ਰਿਹਾ, ਕਿਸਾਨ ਟਰੈਕਟਰ ਲੈ ਰਿਹਾ, ਕਿਸਾਨ ਆਪਣੇ ਫੈਮਿਲੀ ਦੇ ਜਿਹੜੇ ਸੋਸ਼ਲ ਫੰਕਸ਼ਨਸ ਨੇ ਉਹਨਾਂ ਦੇ ਉੱਤੇ ਖਰਚ ਕਰ ਰਿਹਾ। ਇਹ ਗੱਲ ਤਾਂ ਹੋ ਰਹੀ ਆ ਜਦੋਂ ਐਗਰੀਕਲਚਰ ਯੂਨੀਵਰਸਿਟੀ ਵੀ ਇਸ ਕਿਸਮ ਦੀਆਂ ਪਬਲੀਕੇਸ਼ਨਸ ਕਰ ਰਹੀ ਆ। ਹੁਣ ਜਿਵੇਂ ਤੁਸੀਂ ਦੱਸਿਆ ਕਿ ਫਾਰਮਰਸ ਕਮਿਸ਼ਨ ਨੇ ਵੀ ਇਸ ਕਿਸਮ ਦੀ ਚੀਜ਼ ਸਾਹਮਣੇ ਲਿਆਂਦੀ ਆ, ਇਹ ਕਲੀਅਰ ਕੱਟ ਇਹ ਗੱਲ ਵੱਲ ਇਸ਼ਾਰਾ ਕਰਦੀ ਆ ਕਿ ਅਸੀਂ ਕਿਸਾਨਾਂ ਦੀਆਂ ਪ੍ਰੋਬਲਮਸ ਹੱਲ ਕਰਨ 'ਚ ਅਸਮਰੱਥ ਹਾਂ।
ਅਸੀਂ ਕਿਸਾਨਾਂ ਦੀ ਆਮਦਨ ਵਧਾਉਣ ਦੇ ਵਿੱਚ ਅਸਮਰੱਥ ਹਾਂ, ਇਸ ਕਰਕੇ ਤੁਸੀਂ ਆਪਣੇ ਆਪ ਦੇ ਖਰਚੇ ਘਟਾ ਕੇ ਆਪ ਹੀ ਆਪਣਾ ਪ੍ਰਬੰਧ ਕਰ ਲਓ ਜੀ। ਸੋ ਇਹ ਇੱਕ ਬਹੁਤ ਹੀ ਤੁਸੀਂ ਕਹਿੰਦੇ ਹੋ ਵੀ ਕਿਸਾਨ ਆਪਦਾ ਮਤਲਬ ਪ੍ਰਬੰਧ ਉਸ ਤਰ੍ਹਾਂ ਦਾ ਨਾ ਕਰਨ, ਖਰਚੇ ਜਿੰਨੇ ਮਰਜ਼ੀ ਕਰਨ। ਨਹੀਂ ਬਿਲਕੁਲ, ਮਤਲਬ ਬਾਕੀ ਅਸੀਂ ਕਿਸੇ ਨੂੰ ਰੋਕ ਰਹੇ ਹਾਂ ਜੀ? ਕਿਸਾਨ ਦੇ ਉੱਤੇ ਕਿਉਂ ਸਾਰਾ ਕੁਛ ਕਰ ਰਹੇ ਹਾਂ ਕਿ ਸਿਰਫ ਇਸ ਕਰਕੇ ਕਿ ਅਸੀਂ ਕਿਸਾਨ ਦੀ ਆਮਦਨ ਵਧਾਉਣ ਦੇ ਵਿੱਚ ਅਸਮਰੱਥ ਹਾਂ? ਨਹੀਂ, ਪਰ ਦੂਜੇ ਪਾਸੇ ਡਾਕਟਰ ਦਰਸ਼ਨਪਾਲ, ਤੁਸੀਂ ਤਾਂ ਕਿਸਾਨਾਂ 'ਚ ਵਿਚਰਦੇ ਹੋ, ਕੀ ਤੁਸੀਂ ਇਹਨੂੰ ਕਿਵੇਂ ਜਸਟੀਫਾਈ ਕਰੋਗੇ? ਜਦੋਂ ਇਹ ਜਿਹੜਾ ਪ੍ਰਚਾਰ ਹੈ ਨਾ ਕਿ ਕਿਸਾਨ ਹੀ ਆਪਣੀ ਮੌਤ ਲਈ ਆਪ ਜ਼ਿੰਮੇਵਾਰ ਹੈ, ਇੱਕ ਤਾਂ ਇਹਨੂੰ ਬਿਲਕੁਲ ਰੱਦ ਕਰਦਾ ਮੈਂ। ਕਿਉਂਕਿ ਜਦੋਂ ਟਰੈਕਟਰ ਆਇਆ ਖੇਤੀਬਾੜੀ ਦੇ ਵਿੱਚ, ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਉਹ ਟਰੈਕਟਰ ਲਿਆਂਦਾ ਹੈ ਇੱਕ ਪਾਲਿਸੀ ਦੇ ਤਹਿਤ, ਫਰਟੀਲਾਈਜ਼ਰ, ਇਨਸੈਕਟੀਸਾਈਡ, ਪੈਸਟੀਸਾਈਡ ਇੱਕ ਜ਼ਰੂਰਤ ਚੋਂ ਲਿਆਂਦੇ, ਇਹਨਾਂ ਦੀ ਫੂਡ ਕ੍ਰਾਈਸਿਸ ਸੀ ਉਹਦੇ ਵਾਸਤੇ ਲਿਆਂਦੇ ਨੇ। ਮਲਟੀਨੈਸ਼ਨਲਸ ਨੇ ਆਪਣੀਆਂ ਚੀਜ਼ਾਂ ਵੇਚਣੀਆਂ ਸੀ, ਉਹ ਵੇਚ ਰਹੇ ਨੇ, ਮਾਰਕੀਟਿੰਗ ਕਰ ਰਹੇ ਨੇ, ਏਜੰਟ ਭੇਜ ਰਹੇ ਨੇ, ਕਿਸਾਨਾਂ ਨੂੰ ਗਲਤ ਰਾਹੇ ਪਾ ਰਹੇ ਨੇ। ਇਸ ਕਰਕੇ ਕਿਸਾਨ ਜਿਹੜਾ ਹੈ ਉਹਦਾ, ਉਹ ਜਦੋਂ ਉਹਨੂੰ ਫਸਾਉਂਦੇ ਨੇ, ਅਸਲ 'ਚ ਉਹ ਆਪਣੇ ਮੁਨਾਫੇ ਲਈ, ਆਪਣੇ ਪ੍ਰੋਫਿਟ ਲਈ ਫਸਾ ਰਹੇ ਹੁੰਦੇ ਨੇ। ਸੋ ਕਿਸਾਨਾਂ ਦੀਆਂ ਜਿਹੜੀਆਂ ਗਾਈਡਿੰਗ ਫੋਰਸਿਸ ਸੀ, ਇੱਥੇ ਐਗਰੀਕਲਚਰ ਯੂਨੀਵਰਸਿਟੀ ਸੀ, ਐਗਰੀਕਲਚਰ ਐਕਸਪਰਟ ਸੀ ਜਾਂ ਹੋਰ ਪੜ੍ਹੇ ਲਿਖੇ ਲੋਕ ਨੇ, ਉਹਨਾਂ ਨੂੰ ਅਸਲ ਚਾਹੀਦਾ ਸੀ ਕਿ ਰਾਜ ਮਸ਼ੀਨਰੀ ਇਸ ਤਰੀਕੇ ਦਾ ਪ੍ਰਚਾਰ ਕਰਦੀ ਕਿ ਕਿਸਾਨਾਂ ਨੂੰ ਵੱਡੇ ਟਰੈਕਟਰ ਦੇ ਕੇ, ਕੋਈ ਜ਼ਮੀਨ ਦੀ ਮਤਲਬ ਕਿ ਕਲੱਬਿੰਗ ਕਰਕੇ ਉਸ ਕਿਸਮ ਦੀ ਖੇਤੀ ਕਰਾਉਂਦੇ। ਕਿਸਾਨਾਂ ਨੂੰ ਕਦੋਂ ਜ਼ਰੂਰਤ ਸੀ ਵਿਚਾਰਿਆਂ ਨੂੰ ਵੀ ਅਸੀਂ ਜਾ ਕੇ ਕਰਜ਼ੇ 'ਚ ਫਸੀਏ? ਸੋ ਇਹ ਜਿਹੜੀ ਪਾਲਿਸੀ ਦਾ ਕਸੂਰ ਹੈ, ਨਾ ਕਿ ਇੱਕ ਕਿਸਾਨ ਪਰਿਵਾਰ ਦਾ ਕਸੂਰ ਹੈ। ਜਿਹੜੀ ਨਵੀਂ ਪਾਲਿਸੀ ਹੈ ਉਹਦੇ 'ਚ ਤੁਹਾਨੂੰ ਕਿੰਨੇ ਕੁ ਫਾਲਟ ਲੱਗਦੇ ਨੇ? ਆਪਾਂ ਪਹਿਲੀ ਤਾਂ ਗੱਲ ਇਹ ਹੈ ਵੀ ਇਸ ਗੱਲ ਨੂੰ ਮੈਂ, ਜਿਹੜੇ ਕਾਲਰਸ ਆਏ ਨੇ ਉਹਨਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਭਰਾਵੋ, ਇੱਕ ਕਾਲਰ ਹੋਰ ਲੈ ਲਈਏ, ਫਿਰ ਤੁਹਾਡੀ ਗੱਲ ਪੂਰੀ ਕਰਾਂਗਾ। ਹੈਲੋ, ਹੈਲੋ, ਹਾਂਜੀ ਹਾਂਜੀ, ਸਾਡੀ ਸਾਰਾ ਸਵਾਲ ਇਹ ਹੈ ਜੀ ਜੀ, ਵੀ ਸਾਡਾ ਪਿੰਡ ਫਕਰਸਰ ਹੈ ਜੀ। ਹਾਂਜੀ, ਤੇ ਸਾਡੇ ਸੰਦ ਹੈਗੇ ਸਾਰੇ। ਓਕੇ, ਪਹਿਲੀ ਗੱਲ ਤਾਂ ਮਾੜੀ ਜੀ, ਮੈਂ ਤਾਂ ਦਿੰਦੇ ਨੀ ਜੀ, ਥੋੜੇ ਜਿਹੇ ਢਾਈ ਤਿੰਨ ਕਿੱਲਾ ਜਿੰਦਾ ਦਿੰਦੇ ਨੀ ਜੀ, ਉਹ ਲੀਡਰਾਂ ਦੇ ਕੰਮ ਕਰਦੇ, ਛੇ ਸਾਡੇ ਆਉਂਦੇ ਆ ਜੀ, ਉਸ ਤੋਂ ਬਾਅਦ ਠੀਕ ਕੰਮ ਜੀ ਬਾਹਰ ਵਿਗੜਿਆ ਪਿਆ ਜੀ ਜੀ ਜੀ। ਮੈਂ ਇਹ, ਮੇਰਾ ਖਿਆਲ ਹੈ ਤੁਹਾਨੂੰ ਇਹ ਪ੍ਰੋਬਲਮ ਪਹਿਲਾਂ ਵੀ ਆਉਂਦੀ ਹੋਣ, ਮਤਲਬ ਜੇ ਸਹਿਕਾਰਤਾ ਦੀ ਮੂਵਮੈਂਟ ਦੀ ਆਪਾਂ ਗੱਲ ਕਰਦੇ ਹਾਂ, ਜਿਹੜੀ ਪਾਲਿਸੀ 'ਚ ਕੀਤੀ ਹੈ, ਫਿਰ ਆਹ ਪ੍ਰੋਬਲਮ ਆਜੂ ਵੀ ਸੰਦ ਨਹੀਂ ਮਿਲਦੇ। ਨਹੀਂ, ਅਸਲ ਸਮੱਸਿਆ ਤਾਂ ਇਹ ਹੈ ਵੀ ਐਗਰੀਕਲਚਰ ਦੀ, ਚਾਹੇ ਐਗਰੀਕਲਚਰ ਹੈ, ਚਾਹੇ ਇੰਡਸਟਰੀਲਾਈਜੇਸ਼ਨ ਹੈ, ਚਾਹੇ ਗਲੋਬਲਾਈਜੇਸ਼ਨ ਲਿਬਰਲਾਈਜੇਸ਼ਨ ਹੈ, ਇਹ ਸਾਰੀਆਂ ਨੀਤੀਆਂ ਜਦੋਂ ਲੈ ਕੇ ਆਉਂਦੇ ਨੇ ਜਾਂ ਕਿਸੇ ਚੀਜ਼ ਨੂੰ ਰੱਦ ਕਰਦੇ ਨੇ, ਉਹ ਸਟੇਟ ਲੈ ਕੇ ਆਉਂਦੀਆਂ ਜੀ। ਸਟੇਟ ਹੀ ਅਸਲ 'ਚ ਖੇਤੀਬਾੜੀ ਪੰਜਾਬ ਜੀ ਨੂੰ ਇਸ ਕ੍ਰਾਈਸਿਸ 'ਚ ਫਸਾਉਣ ਲਈ ਮੁੱਖ ਜ਼ਿੰਮੇਵਾਰ ਸਟੇਟ ਹੈ। ਕਿਸਾਨ ਨੂੰ ਸੁਈਸਾਈਡ ਕਰਨ ਲਈ ਮਜਬੂਰ ਕਰਨ ਵਾਲੀ ਮੁੱਖ ਸਰਕਾਰ ਪੰਜਾਬ ਸਰਕਾਰ ਵੀ ਹੈ, ਕੇਂਦਰ ਸਰਕਾਰ ਵੀ ਹੈ। ਸੋ ਜਦੋਂ ਅਸੀਂ ਇਹ ਦੋਸ਼ ਕਿਸੇ ਕਿਸਾਨ ਨੂੰ ਦਿੰਦੇ ਹਾਂ, ਬੜੀ ਹਾਸੋਹੀਣੀ ਗੱਲ ਲੱਗਦੀ ਹੈ। ਤੁਹਾਨੂੰ ਲੱਗਦਾ ਕਿ ਕਿਸਾਨ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ? ਇਹਦੇ ਵੀ ਚਰਚਾ ਕਰਨੀ, ਕਿਉਂਕਿ ਗਰੇਵਾਲ ਸਾਹਿਬ ਵੀ ਮੇਰਾ ਖਿਆਲ ਹੈ ਇਸ ਨਾਲ ਸਹਿਮਤ ਨਹੀਂ, ਤਾਂ ਇਹ ਗੱਲ ਅਸੀਂ ਕਰਾਂਗੇ ਇਸ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਫਿਰ ਸਵਾਗਤ। ਗਰੇਵਾਲ ਸਾਹਿਬ, ਦੇਖੋ ਗੱਲ ਇਹ ਹੈ ਕਿ ਜਿਹੜੀ ਨੀਤੀ ਹੈ ਇਹਦੇ 'ਚ ਤਾਂ ਸਾਰਾ ਕੁਛ ਸਪੱਸ਼ਟ ਪਿਆ, ਲੇਕਿਨ ਮੇਰਾ ਨਹੀਂ ਖਿਆਲ ਕਿ ਜਿਹੜੀ ਇਹ ਗੱਲ ਕਿਸਾਨ ਵੀ ਕਹਿ ਰਹੇ ਨੇ, ਕਾਲਰ ਵੀ ਕਹਿ ਰਹੇ ਨੇ, ਔਰ ਦਰਸ਼ਨਪਾਲ ਜੀ ਉਹਨੂੰ ਮੇਰਾ ਖਿਆਲ ਹੈ ਕਿ ਨਹੀਂ ਮੰਨਦੇ, ਉਹ ਕਹਿੰਦੇ ਕਿਸਾਨ ਕੋਈ ਜ਼ਿੰਮੇਵਾਰ ਨਹੀਂ। ਇਹ ਤਾਂ ਤੁਹਾਡਾ ਗੱਲ ਕਰਨੀ ਹੈ, ਇੱਕ ਕਾਲ ਲੈ ਕੇ ਫਿਰ ਆਪਾਂ ਉਹ 'ਤੇ ਗੱਲ ਕਰਾਂਗੇ। ਹੈਲੋ, ਹਾਂਜੀ 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 ਵੀਰ ਜੀ, ਜਦੋਂ ਆਪੀ ਇਹ ਜ਼ਿਮੀਂਦਾਰ ਨੂੰ ਮਾਰਾ ਕਰੀ ਜਾਂਦੇ ਆ ਵੀ ਜ਼ਿਮੀਂਦਾਰ ਆਪਣੇ ਖਰਚੇ ਤੋਂ ਵੱਧ ਕਰਦਾ, 5 ਕਿੱਲਿਆਂ ਦੇ ਉਹ ਲੈ ਲੈਂਦਾ, ਉਹ ਲੈ ਲੈਂਦਾ ਜੀ। ਹੁਣ ਹਾਂਜੀ ਹਾਂਜੀ ਵੇਖੋ ਵੀਰ ਜੀ, ਹੁਣ ਇਹ ਕਰਦਾ ਆ ਖੇਤੀਬਾੜੀ ਦੀਆਂ ਗੱਲਾਂ ਕਰਦਾ ਜੀ। ਹਾਂਜੀ, ਖੇਤੀਬਾੜੀ ਦੇ ਵਿੱਚ ਵੀਰ ਜੀ ਹੁਣ ਇਹ ਦੱਸੋ ਕਿਹੜਾ ਛੰਦ ਨਾ ਲਊਗਾ, ਹੁਣ ਪਰਾਲੀ ਨੂੰ ਇਹਨਾਂ ਅੱਗ ਨਹੀਂ ਲਾਉਂਦੀ, ਜ਼ਿਮੀਂਦਾਰ ਕਿਹੜਾ ਛੰਦ ਨਾ ਲਊਗਾ, ਜ਼ਿਮੀਂਦਾਰ ਨੂੰ ਕਿਹੜੇ ਬਣੇ ਉਹਦੀ ਪ੍ਰਾਜੈਕਟ ਨਾਲ ਜੀ। ਤੁਹਾਡਾ ਪੁਆਇੰਟ ਆ ਗਿਆ ਜੀ, ਅਸੀਂ ਕਰਦੇ ਹਾਂ ਜੀ ਤੁਹਾਡੀ ਗੱਲ। ਹਾਂਜੀ ਗਰੇਵਾਲ ਸਾਹਿਬ, ਤੁਸੀਂ ਇਹਦੇ 'ਚ ਵਾਲੀਆ ਸਾਹਿਬ, ਇਹ ਆ ਜੀ ਆਪਾਂ ਖਰਚੇ ਘਟਾਉਣ ਦੀ ਗੱਲ ਕਰ ਰਹੇ ਹਾਂ ਜੀ, ਕਿ ਫਾਰਮਰਸ ਦੇ ਖਰਚੇ ਘਟਾਏ ਜਾਣ, ਉਹ ਕਿਵੇਂ ਘਟਾਏ ਜਾ ਸਕਦੇ ਨੇ, ਉਹਦੇ ਸੋਸ਼ਲ ਜਿਹੜੀਆਂ ਉਹਦੀਆਂ ਫੰਕਸ਼ਨਸ ਨੇ ਜਾਂ ਉਹਦੇ ਸੋਸ਼ਲ ਕਾਰਜ ਨੇ ਜਿਹੜੇ, ਉਹਨਾਂ ਦੇ ਉੱਤੇ ਰੋਕ ਲਾ ਕੇ ਨਹੀਂ। ਸਪੋਜ਼ ਅਸੀਂ ਇਹ ਦੇਖ ਰਹੇ ਹਾਂ ਕਿ ਸਾਡੇ ਕੋਲ, ਅਸੀਂ ਕਿੰਨੀ ਜ਼ਿਆਦਾ ਇਨਸੈਕਟੀਸਾਈਡਸ ਯੂਜ਼ ਕਰ ਰਹੇ ਹਾਂ, ਕਿੰਨੇ ਪੈਸਟੀਸਾਈਡਸ ਯੂਜ਼ ਕਰ ਰਹੇ ਹਾਂ, ਇਹ ਤਾਂ ਮਜਬੂਰੀ ਹੈ ਉਹਨਾਂ ਦੀ। ਨਹੀਂ, ਇਹ ਗਵਰਨਮੈਂਟ ਨੂੰ ਇਸ ਲੈਵਲ 'ਤੇ ਕੀ ਕਰਨਾ ਚਾਹੀਦਾ, ਇਹ ਚੀਜ਼ਾਂ ਕਿਵੇਂ ਘਟਾਈਆਂ ਜਾ ਸਕਦੀਆਂ, ਐਗਰੀਕਲਚਰ ਦੇ ਵਿੱਚ ਨਵੀਂ ਤਬਦੀਲੀ ਕਿਵੇਂ ਲਿਆਈ ਜਾ ਸਕਦੀ ਹੈ। ਸਪੋਜ਼ ਮੈਂ ਇੱਕ ਸਿੰਪਲ ਐਗਜ਼ਾਮਪਲ ਦਿੰਦਾ, ਸਾਡੇ ਕੋਲ ਇੱਕ ਨਵੀਂ ਟੈਕਨੋਲੋਜੀ ਹੈਗੀ ਜਿਹਨੂੰ ਅਸੀਂ ਹਾਈਡਰੋਪੋਨਿਕ, ਐਰੋਪੋਨਿਕ, ਮਤਲਬ ਇਹ ਚੀਜ਼ਾਂ ਦੇ ਨਾਲ ਜਿਹਨਾਂ ਨੂੰ ਯਾਦ ਰਿਹਾ, ਉਹਦੇ ਵਿੱਚ ਜਿਹੜੀ ਪਾਣੀ ਦੀ ਜਿਹੜੀ ਰਿਕੁਆਇਰਮੈਂਟ ਆ ਉਹ ਮੁਸ਼ਕਲ ਨਾਲ 1-2% ਰਹਿ ਜਾਂਦੀ। ਮਤਲਬ ਤੁਪਕੇ ਤੋਂ ਅੱਗੇ ਵਾਲੀ ਜਿਹੜੀ, ਉਹਦੇ ਨਾਲ ਕੋਈ ਲਿੰਕ ਨਹੀਂ ਉਹਦਾ। ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਸਾਨੂੰ ਉਹ ਨਵੀਆਂ ਟੈਕਨੋਲੋਜੀਜ਼ ਲੈ ਕੇ ਆਉਣੀਆਂ ਚਾਹੀਦੀਆਂ ਨੇ, ਉਹਨਾਂ ਦੇ ਉੱਤੇ ਬਹੁਤ ਸਾਰਾ ਗਵਰਨਮੈਂਟ ਦਾ ਖਰਚ ਹੋਣ ਵਾਲਾ,
ਨਵੀਆਂ ਟੈਕਨੋਲੋਜੀਆਂ ਨੂੰ ਲਿਆਉਣ ਵਾਸਤੇ ਉਹਦਾ ਉਹਦੇ ਚ ਨੀਤੀ ਚ ਕੋਈ ਐਫਰਟ ਨਹੀਂ ਕਰ ਰਹੀ। ਬਿਲਕੁਲ ਤੁਹਾਡੀ ਗੱਲ ਠੀਕ ਹੈ। ਦੂਸਰੀ ਗੱਲ ਹੈ ਕਿ ਦੂਸਰੀ ਗੱਲ ਤੋਂ ਪਹਿਲਾਂ ਇੱਕ ਕਾਲ ਲੈ ਲਈਏ। ਹੈਲੋ 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 ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਜੀ ਮੇਰਾ ਸਵਾਲ ਇਹ ਕਿ ਕਿਸਾਨ ਜੇ ਦੱਸਾਂ ਕਿ ਆਪਾਂ ਗਰੀਬੀ 'ਚ ਲੈ ਲੈਂਦੇ ਹਾਂ ਅਤੇ ਸਰ ਜਿਹੜੇ ਜਨਰਲ ਜਾਤਾਂ ਦੇ ਲੋਕ ਨੇ, ਪੰਡਤ ਨੇ, ਖੱਤਰੀ ਮਹਾਜਨ ਨੇ, ਜੱਟ ਨੇ, ਵਿਚਾਰੇ ਕਿੱਲਾ ਗੁਰਦਰ ਰੋਟੀ ਖਾਣ ਨੂੰ ਮਜਬੂਰ ਹੋਏ ਪਏ ਆ ਜੀ ਜੀ, ਉਹਨਾਂ ਵਾਸਤੇ ਕੁਛ ਨਾ ਕੁਛ ਕਰਨਾ ਚਾਹੀਦਾ ਵੀ ਬਿਜਲੀ ਵਾਲੇ ਬਿੱਲ ਨਹੀਂ ਕਰਦੇ, ਬਿਜਲੀ ਵਾਲੇ ਮੀਟਰ ਕਰ ਜਾਂਦੇ ਆ, ਮੁੜ ਕੇ ਕੁੰਡੀ ਬਿਲਾਉਂਦਾ, ਪਰਚਾ ਕੱਟਿਆ ਜਾਂਦਾ ਜੀ, ਪੁਲਿਸ ਵਾਲੇ ਫਰਮ ਆ ਜਾਂਦੇ ਆ ਜੀ। ਜੀ ਠੀਕ ਹੈ, ਤੁਹਾਡਾ ਸੁਜੈਸ਼ਨ ਬਹੁਤ ਵਧੀਆ ਤੇ ਵੀ ਚਰਚਾ ਕਰਾਂਗੇ। ਹਾਂਜੀ ਗਰੇਵਾਲ ਸਰ ਜੀ ਦੱਸ ਰਹੇ ਹਾਂ ਕਿ ਬੜੀ ਇੰਟਰਸਟਿੰਗ ਗੱਲ ਹੈ ਕਿ ਅਸੀਂ ਟੋਟਲ ਪੰਜਾਬ ਦੀ ਸੁਸਾਇਟੀ ਵੱਲ ਧਿਆਨ ਦੇਣਾ ਜੀ। ਇਹ ਅਸੀਂ ਹਾਲੇ ਤੱਕ ਸਿਰਫ ਐਗਰੀਕਲਚਰ ਦੀ ਗੱਲ ਕਰ ਰਹੇ ਹਾਂ, ਐਗਰੀਕਲਚਰ ਦੀ ਗੱਲ ਕਰਨ ਦੇ ਨਾਲ ਨਾਲ ਜੇ ਐਗਰੀਕਲਚਰ ਦੀਆਂ ਇਨਕਮਸ ਵਧਾਉਣੀਆਂ ਨੇ ਤਾਂ ਕਿਸਾਨਾਂ ਦੇ ਬੱਚਿਆਂ ਨੂੰ ਮਾਡਰਨ ਸੈਕਟਰ ਦੇ ਵਿੱਚ ਇੰਪਲੋਇਮੈਂਟ ਮਿਲਣੀ ਚਾਹੀਦੀ ਹੈ ਜੀ, ਉਹਦੇ ਨਾਲ ਉਹਨਾਂ ਦੀਆਂ ਆਮਦਨਾਂ ਅੰਗਰੇਜ਼ੀ ਪੜ੍ਹਾਉਣੀ ਦੀ ਗੱਲ ਕੀਤੀ ਹੈ। ਹਾਂ, ਅਤੇ ਦੂਸਰੀ ਗੱਲ ਇਹ ਆ ਕਿ ਜੇ ਉਹਨਾਂ ਨੂੰ ਜੋਬਸ ਮਿਲਣਗੀਆਂ ਤਾਂ ਜਿਹੜਾ ਇਹ ਪ੍ਰੈਸ਼ਰ ਆ ਜਿਹੜਾ ਲੈਣ ਦੇ ਉੱਤੇ ਉਹ ਘਟੇਗਾ ਅਤੇ ਜਿਹੜੀ ਐਵਰੇਜ ਓਪਰੇਸ਼ਨਲ ਹੋਲਡਿੰਗ ਸਾਈਜ਼ ਉਹ ਇਨਕਰੀਜ਼ ਕਰੇਗਾ। ਸੋ ਇਸ ਤਰ੍ਹਾਂ ਸਾਨੂੰ ਉਹ ਮਕੈਨਿਜ਼ਮ ਸੋਚਣੇ ਚਾਹੀਦੇ ਨੇ ਜਿਨ੍ਹਾਂ ਨਾਲ ਕਿਸਾਨ ਦੀ ਆਮਦਨ ਵਧੇ, ਨਾ ਕਿ ਉਹ ਗੱਲਾਂ ਕਿ ਜਿਹਦੇ ਨਾਲ ਕਿਸਾਨ ਨੂੰ ਬਿਲਕੁਲ ਨਿਗੂਣਾ ਬਣਾ ਦਿੱਤਾ ਜਾਵੇ ਜੀ। ਗਰੇਵਾਲ ਸਾਹਿਬ ਇੱਕ ਕਾਲਰ ਨੂੰ ਲੈ ਕੇ ਸੰਧੂ ਸਾਹਿਬ ਤੁਹਾਡੇ ਕੋਲ ਆ ਰਹੇ ਹਾਂ। ਹੈਲੋ ਹਾਂਜੀ ਹਾਂਜੀ ਬੋਲੋ ਜੀ। ਹਾਂ ਡਾਕਟਰ ਜੀ, ਆਪਾਂ ਪੁੱਛ ਰਹੇ ਹਾਂ ਜੀ, ਤੁਸੀਂ ਕਹਿੰਦੇ ਜ਼ਮੀਨਦਾਰ ਖੁਦਕੁਸ਼ੀ ਕਰ ਰਿਹਾ ਤੇ ਮੇਰੇ ਕੋਲ ਤਿੰਨ ਕਿੰਨੇ ਪੈ ਰਹੀ ਹੈ ਜੀ, ਇੱਥੇ ਟੈਨੀ ਯਾਨੀ ਕਿ ਮਿਲੀ ਵਗ ਪੈ ਗਈ ਆ ਜੀ, ਕਿਸਾਨ ਵੀ ਔਰ ਸਰਕਾਰ ਵੀ ਜਾਣਦੀ ਹੈ। ਤਕਰੀਬਨ 50,000 ਰੁਪਏ ਠੇਕਾ ਜੀ, ਔਰ ਕਿਸਾਨ ਮੈਕਸੀਮਮ ਇਨਪੁੱਟ ਪਾ ਕੇ ਜੇ ਆਪਾਂ ਮੰਨ ਲਈਏ ਕਿ 75,000 ਰੁਪਏ ਪਰ ਏਕੜ ਦੀ ਉਸ ਨੂੰ ਇਨਕਮ ਹੁੰਦੀ ਹੈ ਤਾਂ ਬਰਾਬਰ ਹੁੰਦੀ ਹੈ ਜੀ, ਤਾਂ ਉਹਦੇ ਵਿੱਚ ਹਲੇ ਤੱਕ ਸਾਡੇ ਸਰਕਾਰ ਨੇ ਕੋਈ ਲੈਂਡ ਮੈਪਿੰਗ ਨਹੀਂ ਕੀਤੀ। ਔਰ ਉਹਦੇ ਵਿੱਚ ਜੇ ਇਹ ਹੋ ਜੇ ਕਿ ਕਿਸਾਨ ਨੂੰ ਅਸੀਂ ਮਿਨੀਮਮ ਜਿਹਦੇ ਵਿੱਚ ਥੋੜੀ ਪਾਲਿਸੀ ਦੇ ਵਿੱਚ ਗੱਲ ਇੰਸ਼ੋਰੈਂਸ ਦੀ ਕਿਸੇ ਲੈਵਲ 'ਤੇ ਹੈ ਕਿ ਕਿਸਾਨ ਨੂੰ ਇਨਸ਼ੋਰ ਕੀਤਾ ਜਾਵੇ ਕਿ ਪਰ ਏਕੜ ਤੈਨੂੰ ਇੰਨੀ ਆਮਦਨ ਅਸੀਂ ਦੇਵਾਂਗੇ ਔਰ ਫਸਲ ਤੁਸੀਂ ਇਹ ਬੀਜਣੀ ਹੈ ਜਿਹੜੀ ਮਾਰਕੀਟ ਦੇ ਵਿੱਚ ਜਿਹਦੀ ਰਿਕੁਆਇਰਮੈਂਟ ਹੈ। ਹੁਣ ਦਿੱਕਤ ਇਹ ਆ ਰਹੀ ਹੈ ਕਿ ਬਹੁਤ ਵਾਰੀ ਕਿਸਾਨ ਓਵਰ ਪ੍ਰੋਡਕਸ਼ਨ ਜਿਹੜੀਆਂ ਫੈਕਟਰੀਜ਼ ਹੈ ਲਾਈਫ ਲੌਂਗ ਕਰਨ ਉਹ ਲਾਉਣ। ਫਾਰ ਐਗਜ਼ਾਮਪਲ ਐਗ ਹੈ, ਪੰਜਾਬ ਦੇ ਵਿੱਚ ਇੱਕ ਵੀ ਐਗ ਪਾਊਡਰ ਪਲਾਂਟ ਨਹੀਂ। ਐਗ ਦੀ ਕਦੇ ਤਾਂ ਕੀਮਤ ਅਸਮਾਨ ਤੇ ਚਲੀ ਜਾਂਦੀ ਹੈ, ਕਦੇ ਜ਼ਮੀਨ ਤੇ ਆ ਜਾਂਦੀ ਹੈ। ਚਾਹੀਦਾ ਇਹ ਹੈ ਕਿ ਜਿਹੜੀ ਮਾਡਰਨ ਸੋਸਾਇਟੀ ਦੀਆਂ ਰਿਕੁਆਇਰਮੈਂਟ ਹੈ ਉਹਦੇ ਡਾਇਰੈਕਟ ਬੈਨੀਫਿਟ ਕਿਸਾਨ ਨੂੰ ਮਿਲਣ ਔਰ ਕਿਸਾਨ ਦਾ ਜਿਹੜਾ ਪ੍ਰੋਡਕਟ ਹੈ ਉਹ ਡਾਇਰੈਕਟਲੀ ਸਟੋਰ ਹੋਵੇ ਔਰ ਉਹਨੂੰ ਇੱਕ ਮਿਨੀਮਮ ਪ੍ਰਾਈਸ ਮਿਲੇ ਜਿੱਥੇ ਹਰ ਸਮੇਂ ਰੌਲਾ ਪੈਂਦਾ ਰਹਿੰਦਾ। ਇਕੱਲੀ ਪਾਲਿਸੀ ਨੇ ਕਿਸਾਨ ਦਾ ਸ਼ਾਇਦ ਸੁਧਾਰ ਨਹੀਂ ਕਰਨਾ ਜਿੰਨਾ ਚਿਰ ਕਿਸਾਨ ਦੀ ਇਨਕਮ ਦੇ ਵਿੱਚ ਇਜ਼ਾਫਾ ਨਹੀਂ ਹੁੰਦਾ। ਇਹ ਸਭ ਤੋਂ ਨਿਖਿੱਧ ਗੱਲ ਇਹ ਹੈ ਜਿਹਦੇ ਬਾਰੇ ਵਾਰ ਵਾਰ ਚਰਚਾ ਹੋ ਰਹੀ ਹੈ ਕਿ ਕਿਸਾਨ ਆਪਦੀ ਹੋਣੀ ਦਾ ਆਪ ਜ਼ਿੰਮੇਵਾਰ ਹੈ ਆਪਦੀ ਕਰਨੀ ਕਰਕੇ। ਅਸੀਂ ਕਦੇ ਦੁਕਾਨਦਾਰ ਨੂੰ ਨਹੀਂ ਕਹਿੰਦੇ ਕਿ ਵਿਆਹ 'ਚ ਇੰਨਾ ਇਕੱਠ ਨਾ ਕਰ, ਕਦੇ ਅਸੀਂ ਹੋਰ ਵਪਾਰੀ ਨੂੰ ਨਹੀਂ ਕਹਿੰਦੇ। ਵਪਾਰੀ ਨੂੰ ਇੱਕ ਜਿਹੜਾ ਫੜਾ ਸਰਕਾਰ ਦਿੰਦੀ ਹੈ ਉਹਨੂੰ ਸ਼ੌਪ ਕੰਮ ਆਫਿਸ ਸਰਕਾਰ ਦਿੰਦੀ ਹੈ ਔਰ ਉਹ ਕਮਿਸ਼ਨ ਲੈ ਕੇ ਕਿਸਾਨ ਤੇ ਸਰਕਾਰ ਦੇ ਵਿੱਚੋਂ ਬਿਲਕੁਲ ਮਤਲਬ ਅਮੀਰ ਹੋਈ ਜਾਂਦਾ ਕਿਸਾਨ ਜਿਹੜਾ ਪ੍ਰੋਡਿਊਸ ਕਰ ਰਿਹਾ ਉਹ ਸਮੇਂ ਦੀ ਸੀਮਾ ਹੈ। ਮੈਂ ਡਾਕਟਰ ਦਰਸ਼ਨਪਾਲ ਨੂੰ ਪੁੱਛਣਾ ਚਾਹੁੰਦਾ, ਤੁਹਾਡੇ ਜਿਹੜੀ ਤੁਸੀਂ ਤਾਂ ਇੰਨੇ ਐਕਟਿਵ ਹੋ, ਤੁਹਾਡੀ ਭਾਰਤੀ ਕਿਸਾਨ ਯੂਨੀਅਨ ਇਸ ਤਰ੍ਹਾਂ ਦੇ ਇਸ਼ੂ ਦੀ ਕੋਈ ਗੱਲ ਨਹੀਂ ਕਰਦੀ? ਨਹੀਂ, ਅਸੀਂ ਕਰਦੇ ਹਾਂ ਜੀ ਜੀ। ਜੇ ਮੰਨ ਲਓ ਭੋਗਾਂ 'ਤੇ ਖਰਚ ਘੱਟ ਕਰੋ, ਹਾਂਜੀ, ਵਿਆਹਾਂ ਨੂੰ ਸਿੰਪਲ ਰੱਖੋ, ਕੋਈ ਹੋਰ ਇਸ ਉਹ ਅਸੀਂ ਕਰਦੇ ਹਾਂ ਜੀ। ਉਹ ਕਿਵੇਂ ਕਰਦੇ ਹੋ? ਇੱਕ ਪਾਸੇ ਤਾਂ ਜਿਵੇਂ ਨਹੀਂ ਨਹੀਂ ਉਹ ਦੇਖੋ ਉਹ ਇੱਕ ਹੋਰ ਕਾਰਨ ਹੈ ਉਹਦਾ, ਉਹ ਬੇਸਿਕ ਕਾਰਨ ਕਿਸਾਨ ਦੀ ਆਮਦਨ ਦੇ ਘੱਟ ਹੋਣ ਦਾ ਜਾਂ ਖੁਦਕੁਸ਼ੀ ਦਾ ਉਹ ਨਹੀਂ ਹੈ ਜੀ। ਉਹ ਇੱਕ ਸਮਾਜ ਦੇ ਅੰਦਰ ਕੁਛ ਚੀਜ਼ਾਂ ਨੂੰ ਕਿਹੋ ਜਿਹੀ ਵੈਲਿਊ ਸਿਸਟਮ ਹੋਣਾ ਚਾਹੀਦਾ, ਉਹਨੂੰ ਸਾਡੀ ਯੂਨੀਅਨ ਇੱਕ ਮੁੱਦਾ ਲੈ ਕੇ ਕਰਦੇ ਹਾਂ ਅਸੀਂ ਜੀ। ਉਦਾਹਰਨ ਦੇ ਤੌਰ 'ਤੇ ਅੱਜ ਜਿਵੇਂ ਗੱਲ ਚੱਲ ਰਹੀ ਹੈ, ਗੱਲ ਚੱਲ ਰਹੀ ਹੈ ਕਿ 1990s ਤੋਂ ਬਾਅਦ ਕਿਸਾਨ ਫੈਮਿਲੀ ਨੂੰ ਗੈਸ ਲੈਣ ਲਈ, ਪੜ੍ਹਾਈ ਕਰਾਉਣ ਲਈ, ਇਲਾਜ ਕਰਾਉਣ ਲਈ, ਹਰ ਸਰਵਿਸ ਲੈਣ ਲਈ, ਖੰਡ ਲੈਣ ਲਈ, ਹਲਦੀ ਲੈਣ ਲਈ, ਕਿਸਾਨ ਫੈਮਿਲੀ ਦੇ ਉੱਤੇ ਇੰਨਾ ਬੋਝ ਵੱਧ ਗਿਆ ਖਰਚੇ ਦਾ। ਉੱਧਰੋਂ ਖੇਤੀ ਦੇ ਵਿੱਚ ਜਿਹੜੇ ਇਨਪੁੱਟਸ ਨੇ ਉਹਨਾਂ ਦਾ ਬੋਝ ਵੱਧ ਗਿਆ, ਲੇਕਿਨ 90 ਤੋਂ ਬਾਅਦ ਮੈਂ ਤਾਂ ਡਾਇਰੈਕਟ ਦੇਖਦਾ ਕਿ 90 ਤੋਂ ਬਾਅਦ ਉਹਦੀਆਂ ਜਿਨਸਾਂ ਨਾ ਹੋਵੇ, ਉਹਦੀ ਪ੍ਰੋਡਕਸ਼ਨ ਵਧੀਆ, ਨਾ ਹੀ ਉਹਨਾਂ ਦੇ ਰੇਟ ਵਧੇ ਨੇ ਜੀ ਜੀ। ਦਰਸ਼ਨਪਾਲ ਜੀ, ਮੈਂ ਤੁਹਾਨੂੰ ਸੌਰੀ ਰੋਕਣਾ ਇਸ ਕਰਕੇ ਹੋਇਆ ਕਿ ਇਹ ਜਿਹੜਾ ਮੁੱਦਾ ਬਹੁਤ ਅਹਿਮ ਹੈ ਅਤੇ ਗੰਭੀਰ ਹੈ, ਅਤੇ ਇੱਕ ਪ੍ਰੋਗਰਾਮ ਜਿਹੜਾ ਹੈ ਉਹਦੇ 'ਚ ਵੀ ਜਿਹੜੀ ਹੈ ਪੂਰੀ ਚਰਚਾ ਨਹੀਂ ਹੋ ਸਕਦੀ। ਅਸੀਂ ਇਸੇ ਇਸ਼ੂ ਨੂੰ ਲੈ ਕੇ
कल भी इस टाइम थोड़े नाल ये चर्चा नूं अगे वधावांगे। अज तुसीं साडे प्रोग्राम विच शामिल होए डॉक्टर दर्शनपाल, अमरजीत गरेवाल, सुनाम संधु जी, तुहाडा बहुत बहुत शुक्रिया। प्यारे दर्शकों, तुसीं साडे नाल इस प्रोग्राम दे विच फोन दे जरिए जुड़े, प्रोग्राम नूं देखिया, तुहाडा भी बहुत बहुत शुक्रिया। मैनूं पूरी आस है इसे प्रोग्राम नूं इसे मुद्दे ते इसे पैनल नाल तुसीं कल भी देखोगे ते असीं कल थोड़ा मिलते हैं इस